بالله من الشيطان الرجيم. بسم الله الرحمن الرحيم. إن الذين قالوا ربنا الله ثم استقاموا تتنزل عليهم الملائكة ألا تخافوا ولا تحزنوا وأبشروا بالجنة التي كنتم توعدون. نحن أولياؤكم في الحياة الدنيا وفي الآخرة ولكم فيها ما تشتهي أنفسكم ولكم فيها ما تدعون. السلام عليكم ورحمة الله وبركاته. الحمد لله نحمده ونستعينه ونستغفره ونؤمن به ونتوكل عليه ونعوذ بالله من شرور أنفسنا ومن سيئات أعمالنا. اتقوا ربكم الذي خلقكم
ਕਿਤੇ ਹਜ਼ਰਤ ਇਨਸਾਨ ਨੂੰ ਹੱਥ ਅਦਾ ਫਰਮਾਏ ਨੇ
ਕਿਤੇ ਅੱਖਾਂ ਵੇਖਣ ਵਾਸਤੇ ਅਦਾ ਫਰਮਾਈਆਂ, ਕੰਨ ਰੱਬੁਲ ਆਲਮੀਨ ਨੇ ਸੁਣਨ ਵਾਸਤੇ ਅਦਾ ਫਰਮਾਏ, ਔਰ ਇਸੇ ਤਰ੍ਹਾਂ ਬੇਸ਼ੁਮਾਰ ਨੇਮਤਾਂ ਰੱਬੁਲ ਆਲਮੀਨ ਨੇ ਅਦਾ ਫਰਮਾਈਆਂ ਨੇ। ਲੇਕਿਨ ਆਈਏ ਇਹਨਾਂ ਨੇਮਤਾਂ ਦਾ ਸ਼ੁਕਰੀਆ ਅਦਾ ਕਿਸ ਤਰ੍ਹਾਂ ਕਰਨਾ। ਰੱਬੁਲ ਆਲਮੀਨ ਦੀ ਜ਼ਾਤ ਦਾ ਹਰ ਵੇਲੇ ਇਨਸਾਨ ਨੂੰ ਸ਼ੁਕਰ ਗੁਜ਼ਾਰ ਬਣ ਕੇ ਰਹਿਣਾ ਚਾਹੀਦਾ। ਆਈਏ ਜ਼ਰਾ ਗੌਰ ਕੀਜੀਏ, ਰੱਬੁਲ ਆਲਮੀਨ ਨੇ ਆਪਣੇ ਕੁਰਾਨ ਅੰਦਰ ਇਸ ਬਾਤ ਦਾ ਐਲਾਨ ਫਰਮਾਇਆ। ਅੱਲਾ ਫਰਮਾਉਂਦੇ ਨੇ ਇਨਾ ਫੀ ਜ਼ਾਲਿਕਾ ਲਾਆਯਾਤਿਨ ਲਿਕੁਲ ਸਫਾਰਿਨ ਸ਼ਕੂਰ। ਇਹ ਰੱਬੁਲ ਆਲਮੀਨ ਦਾ ਕੁਰਾਨ, ਰੱਬੁਲ ਆਲਮੀਨ ਨੇ ਆਪਣੇ ਕੁਰਾਨ ਅੰਦਰ ਐਲਾਨ ਫਰਮਾਇਆ ਫਰਮਾਇਆ ਯਕੀਨਨ ਇਸ ਕੁਰਾਨ ਅੰਦਰ ਰੱਬੁਲ ਆਲਮੀਨ ਨੇ ਸਬਰ ਕਰਨ ਵਾਲਿਆਂ ਵਾਸਤੇ, ਸ਼ੁਕਰ ਕਰਨ ਵਾਲਿਆਂ ਵਾਸਤੇ ਬਹੁਤ ਸਾਰੀਆਂ ਨਿਸ਼ਾਨੀਆਂ ਇਸ ਕੁਰਾਨ ਅੰਦਰ ਬਿਆਨ ਫਰਮਾਈਆਂ ਨੇ। ਇਨਸਾਨ ਕਦੀ ਗੌਰ ਕਰਿਆ ਕਰ ਰੱਬੁਲ ਆਲਮੀਨ ਦੀਆਂ ਨੇਮਤਾਂ ਤੇ ਗੌਰ ਕਰਿਆ ਕਰ, ਜੇ ਰੱਬੁਲ ਆਲਮੀਨ ਦੀਆਂ ਨੇਮਤਾਂ ਨਜ਼ਰ ਆ ਜਾਣ ਤੇ ਉੱਥੇ ਆਪਣੇ ਹੱਥਾਂ ਦੀ ਕਮਾਈ ਜਾਂ ਜਨਾਬ ਦੀ ਆਪਣੀ ਮਿਹਨਤ ਤੇ ਮਜ਼ਦੂਰੀ ਨਾ ਲੈ ਕੇ ਆਇਆ ਕਰ, ਬਲਕਿ ਰੱਬੁਲ ਆਲਮੀਨ ਦੀ ਜ਼ਾਤ ਦਾ ਸ਼ੁਕਰੀਆ ਅਦਾ ਕਰ ਰਿਹਾ ਕਰ। ਔਰ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਦੀ ਹਦੀਸ ਤੇ ਸਹੀ ਬਾਬੀ ਹੈ ਨਾ, ਆਪ ਇਹਨਾਂ ਦੇ ਨਾਲ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ, ਫਰਮਾਇਆ ਮੋਮਿਨ ਬੰਦਾ ਨਾ ਮੋਮਿਨ ਬੰਦਾ ਇਹਦਾ ਮਾਮਲਾ ਹੈ ਬੜਾ ਅਜੀਬ ਤਰ੍ਹਾਂ ਦਾ ਮਾਮਲਾ, ਬੜਾ ਹੀ ਇਹਦਾ ਅਜੀਬ ਮਾਮਲਾ ਹੈ ਫਰਮਾਇਆ, ਲੇਕਿਨ ਇਹਦੇ ਮਾਮਲਾਤ ਅੰਦਰ ਖੈਰ ਹੀ ਖੈਰ ਹੈ, ਬਰਕਤ ਹੀ ਬਰਕਤ ਹੈ। ਔਰ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਦੱਸਦੇ ਜਾ ਰਹੇ ਨੇ, ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ ਫਰਮਾਇਆ ਮੋਮਿਨ ਦੇ ਹਰ ਮਾਮਲੇ ਦੇ ਅੰਦਰ ਖੈਰ ਹੀ ਖੈਰ ਬਰਕਤਾਂ ਹੀ ਬਰਕਤਾਂ, ਕਿਉਂਕਿ ਜਦੋਂ ਰੱਬੁਲ ਆਲਮੀਨ ਇਸ ਮੋਮਿਨ ਬੰਦੇ ਨੂੰ ਨੇਮਤ ਅਤਾ ਕਰ ਦਿੰਦਾ, ਕੋਈ ਰੱਬੁਲ ਆਲਮੀਨ ਇਹਦੇ ਤੇ ਨੇਮਤਾਂ ਕਰ ਦਿੰਦਾ ਤੇ ਇਹ ਮੋਮਿਨ ਬੰਦਾ ਰੱਬੁਲ ਆਲਮੀਨ ਦੀ ਜ਼ਾਤ ਦਾ ਸ਼ੁਕਰ ਗੁਜ਼ਾਰ ਬਣ ਜਾਂਦਾ, ਇਹ ਅੱਲਾ ਦਾ ਸ਼ੁਕਰੀਆ ਅਦਾ
स्वीकार रहे ने। एक बार मेरे आका ने सलात व सलाम का बड़ा प्यारा से आपी हजरत मुआज़ बिन जबल रसी अल्लाह तआला अनु ना मेरे आका ने सलात व सलाम के नाल नाल चलते जा रहे ने और मेरे आका ने सलात व सलाम फरमांदे ने या मुआज़ इन्नी ला उहिब्बुका। ए मुआज़ अल्लाह की कसम मैनू तेरे नाल बड़ा ही प्यार है बड़ी मोहब्बत है। ए मुआज़ मैनू तेरे नाल बड़ा प्यार है। फरमाया मुआज़ मैं तेनू वसीयत ना कर दिया नसीहत ना कर दिया अल्लाह दे नबी जी क्या नहीं मेरे आका ने सलात व सलाम फरमांदे ने। ए मुआज़ जो भी नमाज पढ़े हर नमाज तो बाद दुआ करया कर एक कलिमात कया कर अल्लाहुम्मा आइन्नी अला ज़िक्रिका व शुक्रिका अल्लाह मेरी मदद कर मैं तेरा शुक्र अदा करा अल्लाह मैं तेरे शिकर अंदर जिंदगी नो बसर करा अल्लाह मेरी इबादत अंदर अच्छाई हुसन पैदा हो जाए अल्लाह इस मामला अंदर भी मेरी मदद फरमा। यारो दुआवा करन वाला कौन खुदा आमिना दे तुरे यतीम अलैहि सलातो सलाम और तलकीन अपने सहाबा कीती जा रही है। इंसान इस वास्ते मेरे रब रहमान दिया नेमतां दा शुक्र करिया कर अल्लाह दा शुक्र गुजार बंदा बन जा थोड़ी जिही नेमत मिल जाए अल्लाह दा शुक्रिया अदा करिया कर छोटी छोटी नेमत अल्लाह दा शुक्रिया अदा करिया कर। और आइए मेरे आका अली सलातो सलाम दी हदीस तैयबा हजरत अबू मामा पारी रसी अल्लाह अलहम्दुलिल्लाह अस्तगफिरुल्लाह बकर बिन अब्दुल
ਮੇਰੇ ਕੋਲ ਬਹਿਣ ਤੋਂ ਨਫ਼ਰਤਾਂ ਕਰਦੇ ਨੇ, ਬਹਿ
ਲੱਗਾ ਲੱਗਦਾ ਮੈਂ ਤੈਨੂੰ ਪਹਿਲਾਂ ਕਦੀ ਨਾ ਵੇਖਿਆ ਪਹਿਲਾਂ ਕਦੇ ਤੇਰੇ ਨਾਲ ਮੇਰੀ ਮੁਲਾਕਾਤ ਹੋਈ ਹੈ ਉਹਨੇ ਆਖਿਆ ਕਿਹੜੀ ਮੁਲਾਕਾਤ ਦੱਸਿਆ ਇਸ ਤਰ੍ਹਾਂ ਤੂੰ ਕੋਹੜ ਦੀ ਬਿਮਾਰੀ ਅੰਦਰ ਉਤਰਾਸ ਹੈ ਤੇਰੇ ਜਿਸਮ ਉੱਤੇ ਹੱਥ ਪੈ ਰਿਹਾ ਤੈਨੂੰ ਸ਼ਫਾਵਾਂ ਮਿਲੀਆਂ ਤੈਨੂੰ ਮਾਲ ਦਿੱਤਾ ਮੁਕਰ ਗਿਆ ਨਹੀਂ ਨਹੀਂ ਮੇਰੇ ਇਹ ਮਾਲ ਮੇਰੇ ਪਿਓ ਦਾਦੇ ਦੀ ਵਿਰਾਸਤ ਚੱਲਦੀ ਆ ਰਹੀ ਤੂੰ ਕਿਤੋਂ ਮੈਨੂੰ ਮਾਲ ਦੇ ਛੜਿਆ ਨਹੀਂ ਹੋ ਸਕਦਾ ਤੂੰ ਮੈਨੂੰ ਮਾਲ ਦਿੱਤਾ ਹੋਇਆ ਮੁਕਰ ਜਾਂਦਾ ਫਰਿਸ਼ਤਾ ਜਾ ਲੱਗੇ ਆਪਾਂ ਦੁਆ ਦੇ ਗਿਆ ਫਰਮਾਇਆ ਅਗਰ ਤੂੰ ਝੂਠ ਬੋਲਿਆ ਨਾ ਅੱਲਾ ਤੇਰੀ ਮਾਲ ਨੂੰ ਤਬਾਹ ਕਰੇ ਸਹੀ ਬੁਖਾਰੀ ਦੇ ਅੰਦਰ ਰਵਾਇਤ ਮੌਜੂਦ ਹੈ ਫਿਰ ਮੇਰੇ ਆਪ ਜੀ ਫਰਿਸ਼ਤਾ ਅਗਲੇ ਬੰਦੇ ਦੇ ਕੋਲ ਗੰਜੇ ਦੇ ਕੋਲ ਜਾ ਕੇ ਇਹ ਕੋਈ ਸਵਾਲ ਇਹ ਕੋਈ ਜਨਾਬ ਜੀ ਮੁਤਾਲਬੇ ਕੀਤੇ ਉਹਨੇ ਵੀ ਇਨਕਾਰ ਕਰਦਾ ਨਹੀਂ ਨਹੀਂ ਮੇਰੇ ਬਾਪ ਦਾਦੇ ਦੀ ਵਿਰਾਸਤ ਚੱਲਦੀ ਆ ਰਹੀ ਹੈ ਨਹੀਂ ਦੇ ਸਕਦਾ ਫਰਿਸ਼ਤਾ ਤੀਸਰੇ ਬੰਦੇ ਦੇ ਕੋਲ ਜਾਂਦਾ ਅੰਨੇ ਦੇ ਕੋਲ ਜਾਣਾ ਜਾਂਦਾ ਜਾ ਕੇ ਕਹਿੰਦਾ ਯਾਰ ਮੈਂ ਬੜਾ ਮਜਬੂਰ ਬੜਾ ਲਾਚਾਰ ਇਹ ਨਬੀਨਾ ਜਿਹੜਾ ਨਾ ਕਹਿਣ ਲੱਗਾ ਇਹ ਜਿੰਨਾ ਜਨਾਬ ਜੀ ਮਾਲ ਖਲੋਤਾ ਜਿੰਨਾ ਚਾਵੇ ਲੈ ਜਾ ਤੇਰੇ ਵਾਸਤੇ ਕੋਈ ਰੋਕਥਾਮ ਨਹੀਂ ਉਹ ਕਹਿੰਦਾ ਮੈਨੂੰ ਮਾਲ ਦੀ ਜ਼ਰੂਰਤ ਨਹੀਂ ਮੈਂ ਸਿਰਫ ਇਮਤਿਹਾਨ ਲੈਣ ਵਾਸਤੇ ਆਇਆ ਤੂੰ ਪਾਸ ਹੋ ਚੁੱਕਿਆ ਤੇਰੇ ਸਾਥੀ ਫੇਲ ਹੋ ਚੁੱਕੇ ਉਹਨਾਂ ਨੇ ਅੱਲਾ ਦੀ ਜ਼ਾਤ ਦਾ ਸ਼ੁਕਰ ਨਹੀਂ ਕੀਤਾ ਇਹ ਰੱਬੁਲ ਆਲਮੀਨ ਨੇ ਮਾਲ ਦਿੱਤਾ ਪਿਓ ਦਾਦੇ ਨੇ ਪਾਤਾ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਪਾ ਦਿੰਦੇ ਹਾਂ ਸਾਰੀ ਉਮਰ ਮੈਂ ਕਮਾਉਂਦਾ ਰਿਹਾ ਤੇ ਸਾਰਾ ਹਿੱਸਾ ਮੇਰਾ ਭਰਾ ਲੈ ਜੇ ਨਹੀਂ ਹੋ ਸਕਦਾ ਇਸੇ ਤਰ੍ਹਾਂ ਜਨਾਬ ਜੀ ਰੱਬੁਲ ਆਲਮੀਨ ਦੀਆਂ ਨੇਮਤਾਂ ਦਾ ਸ਼ੁਕਰੀਆ ਅਦਾ ਨਹੀਂ ਬਲਕਿ ਉੱਤੇ ਗਿਲੇ ਸ਼ਿਕਵੇ ਨੇ ਆਈਏ ਸਰਾਫਾਰ ਕੀਜੀਏ ਇਨਸਾਨ ਜੇ ਤੈਨੂੰ ਕਿਸੇ ਨੂੰ ਦੇਣਾ ਪੈ ਜਾਏ ਨਾ ਤੇ ਇਹ ਵੀ ਸਾਜਾ ਸਮਝਿਆ ਕਰ ਕਿ ਰੱਬੁਲ ਆਲਮੀਨ ਨੇ ਮੈਨੂੰ ਕੋ ਦੁਨੀਆ ਦਾ ਮਾਲ ਦਿੱਤਾ ਤੇ ਮੈਂ ਇਹਨਾਂ ਲੋਕਾਂ ਦੇ ਅੰਦਰ ਗਰੀਬਾਂ ਦੇ ਅੰਦਰ ਯਤੀਮਾਂ ਮਸਕੀਨਾਂ ਦੇ ਅੰਦਰ ਤਕਸੀਮ ਕਰ ਰਿਹਾ ਇਹ ਰੱਬੁਲ ਆਲਮੀਨ ਦੀ ਬੜੀ ਨਿਮਤ ਹੈ ਇਹਦੇ ਉੱਤੇ ਗਰੂਰ ਤਕਬਰ ਨਾ ਕਰਿਆ ਕਰ ਔਰ ਆਈਏ ਸਰਾਫਾਰ ਕੀਜੀਏ ਮੇਰੇ ਆਕਾ ਦੀ ਸਲਾਤ ਵ ਸਲਾਮ ਦੀ ਹਦੀਸ ਹੈ ਦਈਏਗਾ ਈਦ ਉਲ ਅਜ਼ਹਾ ਦਾ ਮੌਕਾ ਨਾ ਮੇਰੇ ਆਕਾ ਦੀ ਸਲਾਤ ਵ ਸਲਾਮ ਚੱਲਦੇ ਜਾ ਰਹੇ ਨੇ ਅਚਾਨਕ ਨਾ ਔਰਤਾਂ ਦੀ ਜਮਾਤ ਦੇ ਨਾਲ ਮੇਰੇ ਆਕਾ ਦੀ ਸਲਾਤ ਵ ਸਲਾਮ ਦੀ ਮੁਲਾਕਾਤ ਹੋਈ ਆਮੀਨਾ ਦੇ ਲਾਲ ਅਲੈਹਿ ਸਲਾਤ ਵ ਸਲਾਮ ਫਰਮਾਉਂਦੇ ਨੇ ਫਰਮਾਇਆ ਯਾ ਮਾਸ਼ਰਨ ਨਿਸਾ ਇਹ ਔਰਤਾਂ ਦੀ ਜਮਾਤ ਸੱਚ ਬੋਲਿਆ ਕਰੋ ਸੱਚ ਬੋਲਿਆ ਕਰੋ ਕਿਉਂਕਿ ਜਹੰਮ ਦੇ ਅੰਦਰ ਮੈਂ ਔਰਤਾਂ ਦੀ ਕਸਰਤ ਦੇਖ ਲਾ ਵਾ ਬਹੁਤ ਜ਼ਿਆਦਾ ਔਰਤਾਂ ਜਹੰਮ ਅੰਦਰ ਜਾਣਗੀਆਂ ਇਹ ਸਾਰੀਆਂ ਔਰਤਾਂ ਮੇਰੇ ਮੁਸਤਫਾ ਅਲੈਹਿ ਸਲਾਮ ਦੇ ਕੋਲੋਂ ਸਵਾਲ ਕਰ ਲੈਂਦੀਆਂ ਨੇ ਅੱਲਾਹ ਦੇ ਨਬੀ ਜੀ ਕਿਉਂ ਕਿਉਂ ਇਹ ਔਰਤਾਂ ਜਹੰਮ ਅੰਦਰ ਕਿਉਂ ਜਾਣਗੀਆਂ ਮੇਰਾ ਕਾਲੀ ਸਲਾਤ ਵ ਸਲਾਮ ਫਰਮਾਉਂਦੇ ਨੇ ਇਹ ਔਰਤਾਂ ਸਭ ਨਾਲੋਂ ਜ਼ਿਆਦਾ ਲਾਮਦਾਨ ਕਰਨ ਵਾਲੀਆਂ ਤੇ ਸਾਰੀ ਜ਼ਿੰਦਗੀ ਹੋ ਗਈ ਤੇਰੇ ਘਰ ਅੰਦਰ ਮੈਂ ਕਰ ਦਿੱਤੀ ਮੈਂ ਹੀ ਆ ਕੇ ਤੈਨੂੰ ਜਨਾਬ ਜੀ ਸੰਭਾਲਿਆ ਨਹੀਂ ਤਾਂ ਤੈਨੂੰ ਵੇਖਿਆ ਹੀ ਪਹਿਲਾਂ ਜਿਵੇਂ ਬੰਦਾ ਦੁਨੀਆ ਦੀ ਕੋਈ ਨਸੀ ਬੁੱਢੀ ਆ ਕੇ ਸੰਭਾਲਦੀ ਨਾ ਮਾਂ ਤੇ ਵਿਚਾਰੀ ਸੰਭਾਲਦੀ ਕੋਈ ਨਹੀਂ ਕਹਿੰਦੀ ਮੈਂ ਆ ਕੇ ਤੈਨੂੰ ਸੰਭਾਲਿਆ ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ਹੈ ਜੋ ਜਿੰਨਾ ਕੁਛ ਹੈ ਮੇਰੇ ਕੋਲ ਲੈ ਗਿਆ ਮੇਰੇ ਘਰ ਨੂੰ ਵਿਹਲਿਆ ਕਰ ਦਿੱਤਾ ਜੀ 24 ਘੰਟੇ ਲੜਾਈ ਲੈਣ ਦੇ ਨਾ ਸ਼ੁਕਰੀ ਖਾਵਤ ਦੀ ਜਿੰਨੀ ਮਰਜ਼ੀ ਕਮਾਈ ਕਰ ਲਵੇ ਔਰ ਆਈਏ ਮੇਰੇ ਆਕਾ ਅਲੈਹਿ ਸਲਾਤ ਵ ਸਲਾਮ ਦੀ ਹਦੀਸ ਹੈ ਤਈਬਾ ਮੇਰੇ ਆਕਾ ਅਲੈਹਿ ਸਲਾਤ ਵ ਸਲਾਮ ਫਰਮਾਉਂਦੇ ਨੇ ਐਸੀ ਔਰਤ ਜਿਹੜੀ ਆਪਣੀ ਖਾਵਤ ਦੀ ਨਾ ਸ਼ੁਕਰੀਆ ਖਾਵਤ ਦਾ ਕੋ ਇਤਰਾਮ ਨਹੀਂ ਕਰਦੀ ਰੱਬੁਲ ਆਲਮੀਨ ਨਾ ਇਸ ਔਰਤ ਵੱਲ ਵੇਖੇਗਾ ਔਰ ਨਾ ਰੱਬੁਲ ਆਲਮੀਨ ਇਸ ਔਰਤ ਨੂੰ ਦੁਨੀਆ ਦਾ ਮਾਲੋ ਮਤਾ ਦੇਗਾ ਉਹ ਔਰਤ ਜਿਹੜੀ ਖਾਵਤ ਦੀ ਨਾ ਸ਼ੁਕਰੀ ਨਾ ਰੱਬੁਲ ਆਲਮੀਨ ਕੱਲ ਕਿਆਮਤ ਵਾਂਦੇ ਨੇ ਇਸ ਔਰਤ ਵੱਲ ਵੇਖਣਗੇ
اور نہ ہی نو دنیا دا مالو متا دے سنیا نہیں کدی کہندے ساڈے گھراں دے سیاپڑی مک دے مولوی نو کدی روندے نہیں ویکھیا مولوی نو کدی روندے نہیں ویکھیا تے ساڈے گھر دے کدی سیاپے نہیں مکے تے اپنی تنخواہاں دا موازنہ کر لو مولوی دی تنخواہ نالوں زیادہ ہی ہونی تے پھر بھی ساڈیاں پوریاں نہیں پیندیاں مولوی پھر بھی سارے نال خوش رہندا سارے نال خوش رہندا کیوں بیوی بھی فرما بردار اللہ دی شکر گزار تے خود بھی اللہ دا شکر گزار چوی گھنٹے رب العالمین دے گھر اندر رہن والا کدی پریشان ہو سکدا نہیں ہو سکدا اس واسطے جڑا خود اپنے آپ نوں پریشان کرے اوہدا کچھ کہہ نہیں سکدے اس واسطے رب العالمین نے میرے آقا علیہ الصلوۃ والسلام نے تین حدیثاں دے اندر عورت نوں جہنم دی وعید سنائی ہے تین حدیثاں دے اندر کہ عورت جہنم اندر جائے گی اللہ نظر رحمت دے نال نہیں دیکھے گا کیوں اپنے مجازی خدا دی نشکری اپنے مجازی خدا دی نشکری کر دی تے جڑا بندہ اپنے حقیقی رب العالمین دی نشکری کرے کیا بندہ جنت اندر جائے گا کتنی سخت وعید ہے انسان اس واسطے رب العالمین دی زیادہ شکریہ ادا کریا کر رب العالمین نے بڑی نعمت عطا فرمائی آنے آئیے ذرا غور کیجیے میرے آقا علیہ الصلوۃ والسلام دی حدیث طیبہ آمینہ دل علیہ الصلوۃ والسلام فرماتے نے فرمایا ایک بندہ رب العالمین نے انہوں اولاد عطا فرمائی فرشتہ آیا بچپن اندر ہی دی روح نو قبض کر لیندا ہے بچہ فوت ہو جاندا ہے رب العالمین دی بارگاہ دے اندر فرشتے جاندے نے رب العالمین پوچھدے نے دس را کی لے کے آیا اللہ دنیا در فلا فلا بندہ تو نو اے جناب جی بیٹھے والی نعمت دتی اللہ دی روح نو قبض کر لیا فرمایا کہ میرے بندے دے بیٹے نو لے کے آ گئے ہو اللہ جی لے کے آ گئے فرمایا میرا بندہ کی آندا سی فرماندے نے اللہ جی او تیرا پھر بھی شکریہ ادا کردا سی نال کلمات کہندا سی انا للہ و انا الیہ راجعون میرے رب العالمین خوش ہو جاندے نے خوش ہو جاندے نے اور خوش ہو کے فرشتیاں نو کہندے نے فرمایا میرے بندے نے پھر بھی میری ذات دا شکریہ ادا رب العالمین جنت دے اندر گھر بنا رہے نے انسان اس واسطے پھر رب العالمین نے بڑیاں بڑیاں نعمتاں کدی ویکھیا کر رب العالمین تینوں ہاتھ دے سک کتنی بڑی نعمت اگر اے دی قدر و قیمت پوچھنی ہوئے نا تے جنہوں رب العالمین نے ہاتھ نہیں نہ دیتے انہاں نوں پوچھیا کہ اے کتنی بڑی نعمت ہے رب العالمین نے اکھا دے چھڑیا نے اے بہت بڑی نعمت ہے کدی میں انیاں دے کول نہیں کہتا انیاں دے کول جاؤ او جنہاں نوں اینک ہی لگی ہے نا انہاں دے کول ہی چلے جاؤ تے پوچھو کی حال ہے اینک توں بغیر دنیا دی رنگینی دا ذرا مواس نہ کرو ویکھو کہ اگر جنہوں اینک لگی ہو بھی دس دے گا کہ رب العالمین دی کتنی بڑی نعمت ہے اکھاں اسی پھر بھی رب العالمین دی شکریہ کرنے ਅਸੀਂ ਕਹਿੰਦੇ ਸਾਨੂੰ ਅੱਲਾ ਨੇ ਦਿੱਤਾ ਹੀ ਐਡਾ ਵੱਡਾ ਜੁਸਾ ਜਸਾਮਤ ਬਣਾ ਦਿੱਤਾ ਅੱਲਾ ਤਾਲਾ ਨੇ ਨੱਕ ਮੂੰਹ ਮੱਥਾ ਪੈਰ ਹੱਥ ਸਭ ਕੁਝ ਦੇ ਛੜਿਆ ਤੇ ਜੇ ਮਾੜਾ ਜਿਹਾ ਅੱਲਾ ਤਾਲਾ ਦੁਨੀਆ ਦਾ ਮਾਲੂ ਮਤਾ ਨਾ ਨਾ ਦੇ ਇਹ ਕਿਹੜਾ ਦਿੱਤਾ ਕੀ ਸਾਡੇ ਕੋਲ ਆਇਆ ਕੀ ਹੈ ਇਨਸਾਨ ਇਸ ਵਾਸਤੇ ਰੱਬੋ ਲਾਲ ਅਮੀਨ ਦੀਆਂ ਬੜੀਆਂ ਬੜੀਆਂ ਨਿਮਤਾਂ ਇਹ ਲੜੀ ਤੇਰੀ ਦੰਦਾਂ ਦੀ ਕਿੰਨੇ ਪਰੋਤੀ ਕਿੰਨੇ ਚੜਨੀ ਏ ਅੱਖਾਂ ਚ ਮੋਤੀ ਮੱਥਾ ਚੰਨ ਵਰਗਾ ਤੇ ਰੁੱਖ ਸਾਰੇ ਅਬਰੂ ਕਿੰਨੇ ਤਰਾਸ਼ੇ ਨਿਖਮਦਾਰ ਅਬਰੂ ਠੰਡੇ ਦਿਲ ਕਰਵਾ ਤੇ ਇਹ ਦੱਸ ਮੈਨੂੰ ਹੋ ਕੇ ਆ ਜਾਏ ਪੀਰਾਂ ਦੀ ਟਾ
ਅਸ਼ਰੀਆਂ ਨੇ ਇਸ ਵਾਸਤੇ ਰੱਬ ਆਲਮੀਨ ਦੀ ਇੱਕ ਇੱਕ ਨਿਮਤ ਦਾ ਸ਼ੁਕਰੀਆ ਅਦਾ ਕਰਿਆ ਕਰ ਇੱਕ ਇੱਕ ਨਿਮਤ ਦਾ ਸ਼ੁਕਰੀਆ ਅਦਾ ਕਰਿਆ ਕਰ ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਨੂੰ ਬਿਆਨ ਕਰਦੇ ਨੇ ਇੱਕ ਵਾਰ ਮੇਰੇ ਆਕਾ ਅਲੀ ਸਲਾਤੁ ਵਸਲਾਮ ਦੇ ਨਾਲ ਨਾ ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ ਹਜ਼ਰਤ ਉਮਰ ਫਾਰੂਕ ਹਜ਼ਰਤ ਅਲੀ ਮੁਰਤਜ਼ਾ ਰਜ਼ੀ ਅੱਲਾਹ ਤਾਲਾ ਨੂੰ ਮੇਰੇ ਆਕਾ ਅਲੀ ਸਲਾਤੁ ਵਸਲਾਮ ਨਾ ਇੱਕ ਅਨਸਾਰੀ ਸਹਾਬੀ ਦੇ ਘਰ ਅੰਦਰ ਚਲੇ ਗਏ ਜਾ ਕੇ ਪੁੱਛਿਆ ਮੇਰੇ ਆਕਾ ਅਲੀ ਸਲਾਤੁ ਵਸਲਾਮ ਫਰਮਾਉਂਦੇ ਨੇ ਫਲਾਂ ਸਹਾਬੀ ਕਿੱਥੇ ਆ ਘਰੋਂ ਪਤਾ ਚੱਲਿਆ ਸਹਾਬੀ ਜ਼ਰਾ ਬਾਹਰ ਫਿਰਨ ਵਾਸਤੇ ਗਏ ਨੇ ਮੇਰੇ ਆਕਾ ਅਲੀ ਸਲਾਤੁ ਵਸਲਾਮ ਬੈਠ ਜਾਂਦੇ ਨੇ ਮੇਰੇ ਨਬੀ ਦਾ ਸਹਾਬੀ ਆਇਆ ਦੌੜਦਾ ਆਇਆ ਮੇਰੇ ਆਕਾ ਅਲੀ ਸਲਾਤੁ ਵਸਲਾਮ ਦੇ ਸੀਨੇ ਪਾਕ ਨਾਲ ਲੱਗ ਜਾਂਦਾ ਮੇਰੇ ਆਕਾ ਅਲੀ ਸਲਾਤੁ ਵਸਲਾਮ ਨੂੰ ਨਾਲ ਲੈ ਜਾਂਦਾ ਬਾਗ ਦੇ ਅੰਦਰ ਲੈ ਜਾਂਦਾ ਔਰ ਬਾਗ ਦੇ ਅੰਦਰ ਲਿਜਾ ਕਰਕੇ ਇੱਕ ਅੰਗੂਛਾ ਮੇਰੇ ਮੁਸਤਫਾ ਦੇ ਕੋਲ ਰੱਖ ਦਿੰਦਾ ਅੱਲਾਹ ਦੇ ਨਬੀ ਜੀ ਇਹਨੂੰ ਤਰਾਮਲ ਫਰਮਾਓ ਖਾਂਦੇ ਜਾਓ ਖਜੂਰਾਂ ਪੇਸ਼ ਕਰ ਦਿੰਦਾ ਮੇਰੇ ਆਕਾ ਅਲੀ ਸਲਾਤੁ ਵਸਲਾਮ ਚੁਣ ਚੁਣ ਕੇ ਖਜੂਰਾਂ ਖਾ ਰਹੇ ਨੇ ਖਜੂਰਾਂ ਖਾਂਦੇ ਜਾ ਰਹੇ ਨੇ ਔਰ ਬੋਲਾ ਨਵੀ ਤੇ ਕੁਰਾਨ ਨੇ ਵੀ ਐਲਾਨ ਫਰਮਾਇਆ ਨਾ ਫਰਮਾਇਆ ਸੁਮਲ ਤਸਅਲਨਾ ਯੌਮ ਇਜ਼ਨਾਨਿਨ ਨਹੀਂ ਗਰਮੀ ਦੀ ਸ਼ਿੱਦਤ ਹੋਏ ਨਾ ਮੱਕੇ ਦੇ ਅੰਦਰ ਮਦੀਨੇ ਦੇ ਅੰਦਰ ਤੇ ਵੈਸੇ ਹੀ ਗਰਮੀ ਰਹਿੰਦੀ ਤੇ ਫਰਮਾਇਆ ਠੰਡਾ ਸਾਇਆ ਔਰ ਉਮਦਾ ਖਜੂਰ ਫਿਰ ਠੰਡਾ ਪਾਣੀ ਫਰਮਾਇਆ ਤਿੰਨ ਰੱਬੁਲ ਆਲਮੀਨ ਦੀਆਂ ਨੇਮਤਾਂ ਐਸੀਆਂ ਨੇ ਕੱਲ ਕਿਆਮਤ ਨੂੰ ਇਹਨਾਂ ਦਾ ਵੀ ਸਵਾਲ ਹੋਏ ਅੱਲਾ ਮੈਂ ਤੈਨੂੰ ਅੱਲਾ ਕਹੇਗਾ ਬੰਦਿਆ ਮੈਂ ਤੈਨੂੰ ਠੰਡਾ ਪਾਣੀ ਅਤਾ ਫਰਮਾਇਆ ਖਜੂਰਾਂ ਦਿੱਤੀਆਂ ਤੈਨੂੰ ਛਾਂ ਦੀ ਬੜੀ ਅਸ਼ਦ ਜ਼ਰੂਰਤ ਸੀ ਤੈਨੂੰ ਮੈਂ ਠੰਡਾ ਸਾਇਆ ਦੇ ਛੱਡਿਆ ਕਿਸ ਤਰ੍ਹਾਂ ਉਹਦੇ ਅੰਦਰ ਰਹਿ ਕੇ ਆਇਆ ਕਿਵੇਂ ਦਾ ਉਹਨੂੰ ਜਨਾਬ ਜੀ ਪਾਇਆ ਕਿਆ ਉੱਥੇ ਮੇਰੀ ਜ਼ਾਤ ਦਾ ਸ਼ੁਕਰੀਆ ਅਦਾ ਕੀਤਾ ਕਿ ਨਹੀਂ ਕੀਤਾ ਇਨਸਾਨ ਇਸ ਵਾਸਤੇ ਰੱਬੁਲ ਆਲਮੀਨ ਦੀ ਇੱਕ ਇੱਕ ਨਿਮਤ ਛੋਟੀ ਛੋਟੀ ਨਿਮਤ ਉਹਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਉਹ ਨਿਮਤ ਕੋਈ ਮਾਮੂਲੀ ਨਹੀਂ ਤੇਰੀ ਮੇਰੀ ਨਿਗਾਹ ਦੇ ਅੰਦਰ ਨਿਮਤ ਜਨਾਬ ਜੀ ਮਾਮੂਲੀ ਹੋ ਸਕਦੀ ਹੈ ਲੇਕਿਨ ਕੱਲ ਨੂੰ ਜਦੋਂ ਤੇਰੇ ਮੇਰੇ ਸਾਹਮਣੇ ਆਣ ਗਿਆ ਰੱਬੇ ਕਾਬਾ ਦੀ ਕਸਮ ਹੈ ਫਿਰ ਅਸੀਂ ਉਹਨਾਂ ਦਾ ਮੁਆਜ਼ਨਾ ਨਹੀਂ ਕਰ ਸਕਦੇ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਦੁਨੀਆ ਦੇ ਅੰਦਰ ਰਹਿ ਕਰਕੇ ਇਹਨਾਂ ਨਿਮਤਾਂ ਦਾ ਸ਼ੁਕਰੀਆ ਅਦਾ ਕਰ ਲਿਆ ਕਰ ਰੱਬੁਲ ਆਲਮੀਨ ਦੇ ਕੋਲੋਂ ਦੁਆ ਹੈ ਰੱਬੁਲ ਆਲਮੀਨ ਸਾਨੂੰ ਸਾਰਿਆਂ ਨੂੰ ਆਪਣੀ ਜ਼ਾਤ ਦਾ ਸ਼ੁਕਰ ਗੁਜ਼ਾਰ ਕਰਨੇ ਦੀ ਤੌਫੀਕ ਸ਼ੁਕਰ ਗੁਜ਼ਾਰ ਬਣਾਏ ਔਰ ਹਰ ਵੇਲੇ ਆਪਣੀਆਂ ਨਿਮਤਾਂ ਦਾ ਸ਼ੁਕਰੀਆ ਅਦਾ ਕਰਨੇ ਦੀ ਤੌਫੀਕ ਅਤਾ ਫਰਮਾਏ ਵਾਫਰ ਦਾਵਾ ਅਲਹਮਦੁਲਿਲਾਹ ਰੱਬਿਲ ਆਲਮੀਨ।